ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਆਪਣੇ ਚੈਨਲ ਅਨਟੋਲਡ ਪੰਜਾਬ ਉੱਤੇ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸਿੱਖਾਂ ਨੂੰ ਆਪਣਾ ਇਤਿਹਾਸ ਸਾਂਭ ਕੇ ਰੱਖਣ ਦੀ ਲੋੜ ਕੀ ਹੈ, ਸਾਨੂੰ ਕਿਉਂ ਲੋੜ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸੀਏ ਅਤੇ ਸਾਡੇ ਵੱਡੇ ਵਡੇਰੇ ਸਾਡੇ ਪੁਰਖਿਆਂ ਬਾਰੇ ਦੱਸੀਏ ਅਤੇ ਉਹਨਾਂ ਦੀ ਮਹਾਨਤਾ ਦੇ ਕਿੱਸੇ ਹੋਏ ਨੇ ਉਹਨਾਂ ਨੂੰ ਵੀ ਆਪਣੇ ਬੱਚਿਆਂ ਤੱਕ ਪਹੁੰਚਾਈਏ। ਵੀਡੀਓ ਦੀ ਸ਼ੁਰੂਆਤ ਅਸੀਂ ਇੱਕ ਇੰਗਲਿਸ਼ ਦੀ ਕਹਾਵਤ ਨਾਲ ਕਰਾਂਗੇ, ਇਫ ਦਾ ਲਾਇਨ ਹੈਵ ਨੋ ਹਿਸਟੋਰੀਅਨ ਦਾ ਹਿਸਟਰੀ ਵਿਲ ਗਲੋਰੀਫਾਈ ਦਾ ਹੰਟਰ। ਹੁਣ ਇਸ ਕਹਾਵਤ ਦਾ ਆਪਾਂ ਤੁਹਾਨੂੰ ਮਤਲਬ ਸਮਝਾਉਂਦੇ ਹਾਂ। ਇੱਕ ਸ਼ੇਰ ਦਾ ਸ਼ਿਕਾਰ ਹਮੇਸ਼ਾ ਹੀ ਚਲਾਕੀ ਅਤੇ ਮੱਕਾਰੀ ਨਾਲ ਕੀਤਾ ਜਾਂਦਾ ਹੈ, ਪਰ ਇਤਿਹਾਸ ਵਿੱਚ ਸਿੱਤਾ ਹਮੇਸ਼ਾ ਹੀ ਸ਼ਿਕਾਰੀ ਦੀਆਂ ਮਿਲਦੀਆਂ ਹਨ, ਕਿਉਂਕਿ ਜਿਹੜਾ ਇਤਿਹਾਸ ਹੈ ਉਹ ਹਮੇਸ਼ਾ ਹੀ ਸ਼ਿਕਾਰੀ ਦੁਆਰਾ ਲਿਖਿਆ ਜਾਂਦਾ ਹੈ। ਜੇਕਰ ਸ਼ੇਰ ਨੂੰ ਇਤਿਹਾਸ ਸਾਹਮਣੇ ਲਿਆਉਣਾ ਹੈ ਤਾਂ ਸ਼ੇਰ ਨੂੰ ਇਤਿਹਾਸ ਆਪ ਲਿਖਣਾ ਪਵੇਗਾ, ਕਿਉਂਕਿ ਇੱਕ ਸ਼ਿਕਾਰੀ ਤਾਂ ਹਮੇਸ਼ਾ ਆਪਣੀਆਂ ਹੀ ਤਰੀਫਾਂ ਕਰੇਗਾ, ਜੋ ਕੰਮ ਉਹਨੇ ਨਹੀਂ ਵੀ ਕੀਤੇ ਉਹ ਵੀ ਗਿਣਾਵੇਗਾ। ਅਤੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਨਹੀਂ ਸੰਭਾਲਦੀਆਂ ਉਹਨਾਂ ਕੌਮਾਂ ਦੇ ਇਤਿਹਾਸ ਵਿੱਚ ਹਮੇਸ਼ਾ ਹੀ ਵਿਗਾੜ ਪੈਂਦਾ ਹੈ। ਅਤੇ ਜੇ ਆਪਾਂ ਗੱਲ ਕਰੀਏ ਆਪਣੇ ਸਿੱਖ ਇਤਿਹਾਸ ਦੀ ਤਾਂ ਸਾਡੇ ਸਿੱਖ ਇਤਿਹਾਸ ਨੂੰ ਵਿਗਾੜਨ ਦੀਆਂ ਸਾਜ਼ਿਸ਼ਾਂ ਤਾਂ ਬਹੁਤ ਟਾਈਮ ਤੋਂ ਹੋ ਰਹੀਆਂ ਨੇ, 100-200 ਸਾਲ ਤੋਂ, ਕਦੇ ਕਿਸੇ ਰਾਜੇ ਦੁਆਰਾ ਅਤੇ ਕਦੇ ਸਰਕਾਰਾਂ ਦੁਆਰਾ। ਅਤੇ ਅੱਜ ਦੀ ਤਰੀਕ ਵਿੱਚ ਸਾਡੇ ਬੱਚਿਆਂ, ਸਾਡੀ ਨਵੀਂ ਪੀੜ੍ਹੀ ਸਾਹਮਣੇ ਸਾਡਾ ਝੂਠਾ ਇਤਿਹਾਸ ਸਾਹਮਣੇ ਉਹਨਾਂ ਦੇ ਰੱਖਿਆ ਜਾ ਰਿਹਾ ਹੈ, ਅਤੇ ਜਿਸ ਦਾ ਅਸਰ ਸਾਨੂੰ ਆਪਣੀ ਨਵੀਂ ਪੀੜ੍ਹੀ 'ਤੇ ਦੇਖਣ ਨੂੰ ਵੀ ਮਿਲਦਾ ਹੈ। ਜਿਹੜਾ ਇਤਿਹਾਸ ਸਾਨੂੰ ਸਾਡੀਆਂ ਸਰਕਾਰੀ ਕਿਤਾਬਾਂ ਵਿੱਚ ਮਿਲਦਾ ਹੈ, ਉਹ ਇਤਿਹਾਸ ਸਰਕਾਰ ਦੇ ਨੁਮਾਇੰਦਿਆਂ ਦੁਆਰਾ ਹੀ ਇਤਿਹਾਸ ਵਿੱਚ ਤੋੜ ਮਰੋੜ ਕਰਕੇ ਲਿਖਿਆ ਗਿਆ ਹੈ। ਉਸ ਇਤਿਹਾਸ ਵਿੱਚ ਅਤੇ ਅਸਲ ਇਤਿਹਾਸ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਕਿਸੇ ਮਹਾਨ ਵਿਅਕਤੀ ਨੇ ਕਿਹਾ ਹੈ ਕਿ ਜੇਕਰ ਕਿਸੇ ਕੌਮ ਨੂੰ ਖਤਮ ਕਰਨਾ ਹੈ ਤਾਂ ਦੋ ਤਰੀਕਿਆਂ ਨਾਲ ਕੋਈ ਵੀ ਕੌਮ ਸਭ ਤੋਂ ਜਲਦੀ ਖਤਮ ਹੋ ਸਕਦੀ ਹੈ। ਨੰਬਰ 1, ਉਸ ਕੌਮ ਨੂੰ ਨਸ਼ੇ ਦੀ ਆਦੀ ਕਰ ਦਿਓ, ਜੋ ਕਿ ਸਾਨੂੰ ਸਾਡੇ ਪੰਜਾਬ ਵਿੱਚ ਬਹੁਤ ਹੀ ਵੱਡੇ ਪੱਧਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਅਤੇ ਨੰਬਰ 2, ਜੋ ਕਿ ਬਹੁਤ ਅਹਿਮ ਵੀ ਹੈ, ਉਸ ਕੌਮ ਦਾ ਇਤਿਹਾਸ ਖਤਮ ਕਰ ਦਿੱਤਾ ਜਾਵੇ। ਅਤੇ ਜਦੋਂ ਕਿਸੇ ਕੌਮ ਦਾ ਇਤਿਹਾਸ ਹੀ ਖਤਮ ਕਰ ਦਿੱਤਾ ਜਾਵੇਗਾ ਤਾਂ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ, ਸਾਡੀ ਨਵੀਂ ਪੀੜ੍ਹੀ ਨੂੰ ਆਪਣੀ ਹੋਂਦ ਉੱਤੇ ਹੀ ਸ਼ੱਕ ਹੋਣ ਲੱਗ ਜਾਵੇਗਾ ਅਤੇ ਉਹ ਆਪਣੇ ਧਰਮ ਦੇ ਪ੍ਰਤੀ ਵਫ਼ਾਦਾਰੀ ਦਿਨ ਪਰ ਦਿਨ ਖੁੰਦੇ ਜਾਣਗੇ, ਅਤੇ ਜਿਸ ਨਾਲ ਉਹਨਾਂ ਨੂੰ ਭੜਕਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੋ ਜਾਵੇਗਾ। ਕਿਉਂਕਿ ਜਦੋਂ ਸਾਡੀ ਨਵੀਂ ਪੀੜ੍ਹੀ ਨੂੰ ਇਹ ਪਤਾ ਹੀ ਨਹੀਂ ਹੋਵੇਗਾ ਕਿ ਇਹ ਸਿੱਖੀ ਸਾਨੂੰ ਕਿੰਨੀ ਦੁੱਖ ਤਕਲੀਫਾਂ ਦੇ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ, ਤਾਂ ਸਾਡੀ ਨਵੀਂ ਪੀੜ੍ਹੀ ਸਾਡੇ ਧਰਮ ਨਾਲ ਵਫ਼ਾਦਾਰ ਕਿਵੇਂ ਹੋ ਸਕਦੀ ਹੈ ਜਦਕਿ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਹੀ ਕੁਝ ਨਹੀਂ। ਸੋ ਕਿਸੇ ਵੀ ਕੌਮ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ, ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਬਾਰੇ ਦੱਸੇ, ਆਪਣੀ ਕੌਮ ਦੇ ਪੀਰਾਂ ਫਕੀਰਾਂ ਅਤੇ ਮਹਾਨ ਯੋਧਿਆਂ ਦੇ ਕਿੱਸੇ ਆਪਣੀ ਨਵੀਂ ਪੀੜ੍ਹੀ ਨੂੰ ਦੱਸੇ, ਤਾਂ ਕਿ ਸਾਡੀ ਨਵੀਂ ਪੀੜ੍ਹੀ ਵੀ ਉਹਨਾਂ ਤੋਂ ਹਿੰਮਤ ਲੈ ਸਕੇ ਅਤੇ ਆਪਣੇ ਧਰਮ ਨਾਲ ਬਹੁਤ ਜ਼ਿਆਦਾ ਵਫ਼ਾਦਾਰ ਰਹਿਣ ਅਤੇ ਕਦੇ ਵੀ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ। ਕਿਉਂਕਿ ਜਿਹੜੀਆਂ ਹਕੂਮਤਾਂ ਅੱਜ ਤੱਕ ਰਹੀਆਂ ਨੇ ਉਹਨਾਂ ਦੀ ਹਮੇਸ਼ਾ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਜਿਹੜਾ ਧਰਮ ਘੱਟ ਗਿਣਤੀ ਵਿੱਚ ਹੈ ਉਹਨਾਂ ਨੂੰ ਜੜੋਂ ਖਤਮ ਕਰ ਦਿੱਤਾ ਜਾਵੇ ਅਤੇ ਉਸ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਵਿੱਚ ਸ਼ਾਮਿਲ ਕਰ ਲਿਆ ਜਾਵੇ। ਅਤੇ ਇਹ ਵੀ ਚੀਜ਼ਾਂ ਤੁਹਾਨੂੰ ਸਾਡੇ ਪੰਜਾਬ ਵਿੱਚ ਬਹੁਤ ਹੀ ਵੱਡੇ ਪੱਧਰ 'ਤੇ ਦੇਖਣ ਨੂੰ ਮਿਲ ਸਕਦੀਆਂ ਨੇ। ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਇਹ ਸਭ ਦੱਸਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿ ਸਾਡੇ ਵੱਡੇ ਵਡੇਰਿਆਂ ਨੇ ਆਪਣੇ ਸਰਵੰਸ਼ ਤੱਕ ਵਾਰ ਦਿੱਤੇ ਕਿ ਕੌਮ ਸਾਡੇ ਵੱਡੇ ਵਡੇਰਿਆਂ ਦੀ ਕੁਰਬਾਨੀਆਂ ਨੂੰ ਅੱਜ ਦੀ ਤਰੀਕ ਵਿੱਚ ਭੁੱਲਦੀ ਜਾ ਰਹੀ ਹੈ। ਇਹਨਾਂ ਚੀਜ਼ਾਂ ਦਾ ਸਿੱਟਾ ਇਹ ਨਿਕਲ ਰਿਹਾ ਕਿ ਸਾਡੇ ਲੋਕ ਸਾਡੇ ਆਪਣੇ ਧਰਮ ਦੇ ਲਈ ਵਫ਼ਾਦਾਰ ਨਹੀਂ ਹਨ, ਜਿਸ ਦੇ ਚੱਲਦਿਆਂ ਰੋਜ਼ ਕਿਤੇ ਨਾ ਕਿਤੇ ਪੰਜਾਬ ਵਿੱਚ ਜਾਂ ਕਿਤੇ ਬਾਹਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਹੈ, ਉਹਨਾਂ ਦੇ ਪਵਿੱਤਰ ਸਰੂਪ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਅਤੇ ਜੇ ਸਾਨੂੰ ਇਹਨਾਂ ਚੀਜ਼ਾਂ ਨੂੰ ਰੋਕਣਾ ਹੈ ਤਾਂ ਉਸ ਲਈ ਸਾਨੂੰ ਖੁਦ ਹੀ ਸਤਰਕ ਹੋਣਾ ਪੈਣਾ ਹੈ, ਕਿਉਂਕਿ ਸਰਕਾਰਾਂ ਨੇ ਇਹਦੇ ਵਿੱਚ ਕੁਝ ਨਹੀਂ ਕਰਨਾ। ਕਿਸੇ ਮਹਾਨ ਵਿਅਕਤੀ ਨੇ ਕਿਹਾ ਹੈ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਨਹੀਂ ਜਾਣਦੀਆਂ ਉਹ ਆਪਣੇ ਇਤਿਹਾਸਿਕ ਗਲਤੀਆਂ ਦੁਹਰਾ ਕੇ ਹੀ ਬਰਬਾਦ ਹੋ ਜਾਂਦੀਆਂ ਨੇ। ਗੱਲ ਕਰਾਂਗੇ ਕਿ ਸਾਨੂੰ ਇਤਿਹਾਸ ਨੂੰ ਸਾਂਭ ਕੇ ਰੱਖਣ ਦੇ ਲਾਭ ਕੀ ਨੇ। ਸਾਡਾ ਇਤਿਹਾਸ ਸਾਡੇ ਸਮਾਜ ਦੀ ਸਾਨੂੰ ਇੱਕ ਵਧੀਆ ਸਮਝ ਦਿੰਦਾ ਹੈ, ਮੁੰਡ ਤੋਂ ਲੋਕਾਂ ਦਾ ਵਿਵਹਾਰ ਸਾਡੇ ਨਾਲ ਕਿਸ ਤਰ੍ਹਾਂ ਦਾ ਰਿਹਾ ਹੈ ਉਸ ਚੀਜ਼ ਦੀ ਸਾਨੂੰ ਸਮਝ ਦਿੰਦਾ ਹੈ, ਜਿਹੜੀਆਂ ਗਲਤੀਆਂ ਸਾਡੇ ਵੱਡੇ ਵਡੇਰਿਆਂ ਨੇ ਕੀਤੀਆਂ ਅਤੇ ਜਿਹੜੇ ਮਹਾਨ ਕੰਮ ਸਾਡੇ ਵੱਡੇ ਵਡੇਰਿਆਂ ਨੇ ਕੀਤੇ ਉਹਨਾਂ ਦਾ ਵੇਰਵਾ ਵੀ ਸਾਨੂੰ ਸਾਡੇ ਇਤਿਹਾਸ ਤੋਂ ਹੀ ਮਿਲਦਾ ਹੈ, ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਉਹਨਾਂ ਗਲਤੀਆਂ ਤੋਂ ਬਚ ਸਕਦੇ ਹਾਂ ਅਤੇ ਉਹਨਾਂ ਦੇ ਕਿੱਸੇ, ਮਹਾਨ ਕਿੱਸਿਆਂ ਨੂੰ ਅਸੀਂ ਯਾਦ ਰੱਖ ਸਕਦੇ ਹਾਂ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾ ਸਕਦੇ ਹਾਂ। ਹੋਪ ਸਾਡੀ ਗੱਲ ਤੁਹਾਨੂੰ ਸਮਝ ਆਈ ਹੋਵੇਗੀ। ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।